ਬਥੇਰਾ ਰਾਜਾ ਬੜਿੰਗ ਪਿੱਟਿਆ, ਨਾ ਦਿਓ ਨਾ ਦਿਓ ਇਹਨਾਂ ਨੂੰ, ਮੰਨੇ ਹੀ ਨੀ ਕਿਸੇ ਦੀ। ਬਥੇਰਾ ਕਿਹਾ ਸੁਖਵਿੰਦਰ ਨੇ ਵੀ ਹੋਰਨੇ ਅਸੀਂ ਟਕਸਾਲੀਆਂ, ਉਹ ਟਕਸਾਲੀਆਂ, ਮੰਨੇ ਹੀ ਨੀ। ਉਹ 5 ਬਜਟ ਪੇਸ਼ ਕਰਕੇ ਹੋ ਗਿਆ, ਪੰਗਾ ਤੁਹਾਨੂੰ ਪਾ ਕੇ ਦੇਈ ਜਾਓ ਜਵਾਬ। ਹੁਣ ਕਾਂਗਰਸ ਵਾਲੇ ਬਜਟ ਤੇ ਬੋਲਦੇ ਮੈਨੂੰ ਤਰਸ ਆ ਜਾਂਦਾ ਇਹਨਾਂ ਤੇ। ਤੁਸੀਂ ਤਾਂ ਬਜਟ ਪੇਸ਼ ਕੀਤਾ ਹੀ ਨਹੀਂ 5 ਸਾਲ, ਤੁਸੀਂ ਤਾਂ ਡੈਪੂਟੇਸ਼ਨ ਤੇ ਲਿਆਈ ਸੀ ਇੱਕ ਵਿੱਤ ਮੰਤਰੀ। ਟ੍ਰੇਨਿੰਗ ਨੀਲੇ ਵਾਲੇ ਪਾਸੋਂ ਹੋਈ, ਫਿਰ ਫਿਰ ਪੀਲੇ ਵਾਲੇ ਪਾਸੇ ਆਏ, ਫਿਰ ਚਿੱਟੇ ਰਹੇ, ਅੱਜ ਕੱਲ੍ਹ ਭਗਵੇਂ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ, ਬੜਾ ਹੈਲਦੀ ਡਿਬੇਟ ਹੋਈ ਹੈ, ਥੋੜ੍ਹਾ ਬਹੁਤ ਤਲਖੀ ਚੱਲਦੀ ਰਹਿੰਦੀ ਹੈ। ਲੋਕਤੰਤਰ ਦਾ ਇਹੀ ਮਜ਼ਾ ਹੈ ਕਿ ਸਾਰੇ ਪੱਖਾਂ ਦੀ ਗੱਲ ਸੁਣੀ ਜਾਵੇ। ਸਾਡੇ ਦੇਸ਼ ਦੇ ਵਿੱਚ ਲੋਕਤੰਤਰ ਜਿਹੜਾ ਉਹ ਬੁੱਧਿਜ਼ਮ ਤੋਂ, ਜੇ ਤੁਸੀਂ ਜਾ ਕੇ ਲੋਕ ਸਭਾ ਦੇ ਵਿੱਚ ਇੱਕ ਮਾਨਯ ਸਪੀਕਰ ਜਦੋਂ ਸੀਗੇ ਸੋਮਨਾਥ ਚੈਟਰਜੀ, ਉਹਨਾਂ ਨੇ ਇੱਕ ਡੈਮੋਕ੍ਰੇਸੀ ਦਾ ਇੱਕ ਮਿਊਜ਼ੀਅਮ ਬਣਾਇਆ ਸੀ, ਉਹ ਉੱਥੇ ਜ਼ਰੂਰ ਜਾ ਕੇ ਦੇਖ ਕੇ ਆਉਣ ਵਾਲੀ ਚੀਜ਼ ਹੈ ਕਿ ਸਾਡੇ ਦੇਸ਼ 'ਚ ਡੈਮੋਕ੍ਰੇਸੀ ਕਦੋਂ ਤੋਂ ਸ਼ੁਰੂ ਹੋ ਗਈ ਸੀ, ਜਦੋਂ ਬੁੱਧ ਕੌਂਸਲ ਬੈਠਦੀ ਸੀ, ਜਦੋਂ ਦੀਨੇ ਲਾਹੀ, ਜਿੱਥੇ ਸਾਰੇ ਧਰਮਾਂ ਦੇ ਜਿਹੜੇ ਨੇ ਬਿਠਾ ਕੇ ਵਿਦਵਾਨ ਉਹਨਾਂ ਦੇ ਵਿਚਾਰ ਵਟਾਂਦਰੇ ਕੀਤੇ ਜਾਂਦੇ ਸੀ। ਸੋ ਸਾਡਾ ਦੇਸ਼ ਜਿਹੜਾ ਉਹ ਬਿਗੈਸਟ ਡੈਮੋਕ੍ਰੇਸੀ ਆਫ ਦਾ ਵਰਲਡ, ਐਵੇਂ ਨਹੀਂ ਕਹਾਉਂਦਾ, ਬਹੁਤ ਚਿਰ ਪਹਿਲਾਂ ਤੋਂ ਸਾਡੇ ਪੰਚਾਇਤਾਂ, ਸਾਡੇ ਆਪਾਂ ਕਹਿੰਦੇ ਹਾਂ ਕਿ ਕੋਈ ਰੌਲਾ ਪੈ ਜੇ ਕਿਸੇ ਦੇ ਘਰੇ, ਕੋਈ ਭਰਾਵਾਂ 'ਚ ਬਟਵਾਰਾ ਕਰਨਾ ਹੋਵੇ, ਆਪਾਂ ਕੀ ਕਹਿੰਦੇ ਹਾਂ, ਇਕੱਠ ਕਰ ਲਓ ਭਾਈ, ਮੈਂ ਅੱਜ ਇਕੱਠ ਕਰਦਾ, ਇਕੱਠ ਕਰਦਾ ਮਤਲਬ ਮੈਂ ਸਿਆਣੇ ਬੰਦੇ ਬੁਲਾਉਣਾ ਪਿੰਡ ਦੇ, ਜਿਵੇਂ ਉਹ ਕਹਿਣਗੇ ਉਵੇਂ ਮੰਨ ਲੈਂਦੇ ਆ। ਸਿਆਣੇ ਬੰਦੇ ਰਿਸ਼ਤੇਦਾਰ ਆ ਜਾਂਦੇ ਨੇ ਅਤੇ ਉਹ ਕਹਿ ਦਿੰਦੇ ਨੇ, ਕੋਈ ਕੋਈ ਆਪਣੇ ਉਮਰ ਦਾ ਲਿਹਾਜ਼ ਕਰਵਾ ਲੈਂਦਾ, ਮੇਰੀ ਉਮਰ ਦਾ ਲਿਹਾਜ਼ ਕਰ ਲਾ, ਚੱਲ ਛੱਡ ਤੂੰ ਆਹ ਖੇਤ ਤੇਰਾ, ਚੱਲ ਆਹ ਥਰੈਸ਼ਰ ਤੈਨੂੰ ਆ ਗਿਆ, ਚਲੋ ਛੱਡੋ ਕੋਈ ਨਹੀਂ। ਸੋ ਇਹ ਵੀ ਇੱਕ ਘਰ ਵਾਂਗੂ ਹੀ ਹੈ, ਪਰਿਵਾਰ ਹੈ ਇਹ, ਇੱਕ ਪੰਜਾਬ ਦੇ ਚੁਣੇ ਹੋਏ ਜਿਹੜੇ ਮੈਂਬਰ ਨੇ ਇੱਥੇ। ਸੋ ਬਜਟ ਜਿਹੜਾ ਉਹ ਘਰ ਦਾ, ਆਪਾਂ ਹਰੇਕ ਘਰ ਦਾ ਵੀ ਬਜਟ ਬਣਾਉਂਦੇ ਹਾਂ ਕਿ ਕੌਣ ਕਿੰਨੇ ਖਰਚੂਗਾ, ਅਗਲੇ ਸਾਲ ਕੀ ਕਰਨਾ, ਕੁੜੀ ਦੇ ਵਿਆਹ ਵੇਲੇ ਦੀ ਤਿਆਰੀ ਕਦੋਂ ਕਿਤੋਂ ਕਰਨੀ ਹੈ, ਕਿਹੜੇ ਮਾਮੇ ਨੂੰ ਸ਼ਾਮ ਪਾਉਣੀ ਹੈ, ਇਹ ਸਾਰਾ ਕੁਛ ਪਹਿਲੇ ਬਣ ਜਾਂਦਾ। ਮਿਲਣੀ ਵਾਲੇ ਕੰਬਲ ਵੀ ਪਹਿਲਾਂ ਆ ਜਾਂਦੇ ਨੇ, ਕੜਾਹੀ ਪਹਿਲਾਂ ਚੜ੍ਹ ਜਾਂਦੀ ਹੈ, 4 ਦਿਨ ਪ੍ਰਬੰਧ ਪਹਿਲਾਂ ਹੋ ਜਾਂਦੇ ਨੇ। ਸੋ ਇਹ ਬਜਟ ਜਿਹੜਾ ਹੈ ਉਹ ਘਰ ਦਾ ਬਣਦਾ। ਜੇ ਕੋਈ ਬਜ਼ੁਰਗ, ਜੇ ਕੋਈ ਲਾਣੇਦਾਰ, ਜੇ ਉਹਦਾ ਕੋਈ ਪੋਤਾ ਮੋਟਰਸਾਈਕਲ ਮੰਗਦਾ ਬਾਪ ਕਿ ਦਾਦਾ ਮੈਂ ਤਾਂ ਮੋਟਰਸਾਈਕਲ ਲੈਣਾ, ਜੇ ਤਾਂ ਮੋਟਰਸਾਈਕਲ ਲੈਣ ਦੀ ਕਪੈਸਿਟੀ ਹੈਗੀ ਹੈ ਵੀ ਪਰਮਾਤਮਾ ਦੀ ਕਿਰਪਾ ਨਾਲ ਫਸਲ ਵਧੀਆ ਹੋਈ ਹੈ, ਇਸ ਵਾਰ ਆਪਾਂ ਆੜ੍ਹਤੀ ਦੇ ਵੀ ਪੈਸੇ ਲਾ ਤੇ, ਕਰਜ਼ਾ ਕੋਈ ਨਹੀਂ ਹੈਗਾ, ਅਤੇ ਫਿਰ ਮੋਟਰਸਾਈਕਲ ਲੈ ਕੇ ਦੇ, ਫਿਰ ਤਾਂ ਕੋਈ ਗੱਲ। ਜੇ ਘਰ ਦੀ ਰਸੋਈ ਵੀ ਕਰਜ਼ਾ ਲੈ ਕੇ ਚੱਲੇ, ਫਿਰ ਉਹ ਕਰਜ਼ਾ ਦੀ ਦੇਰ ਨਹੀਂ ਚੱਲਦਾ ਜੀ। ਪਹਿਲਾਂ ਰਸੋਈ ਠੀਕ ਕਰੀਏ, ਪਹਿਲਾਂ ਪੁਰਾਣੇ ਲਾਣੇਦਾਰਾਂ ਦਾ ਵਿਗਾੜਿਆ ਹੋਇਆ ਜਿਹੜਾ ਸਿਸਟਮ ਹੈ ਉਹਨੂੰ ਠੀਕ ਕਰੀਏ। ਬੜਾ ਸ਼ਾਨਦਾਰ ਬਜਟ, ਮੈਂ ਤਾਰੀਫ ਕਰਨੀ ਚਾਹੂੰਗਾ, ਹਾਲਾਂਕਿ ਪੇਸ਼ੇ ਵਜੋਂ ਵਕੀਲ ਨੇ, ਪਰ ਵਿੱਤ ਮੰਤਰੀ ਸਾਹਿਬ ਨੇ 2 ਘੰਟੇ ਦਾ ਭਾਸ਼ਣ ਜਿਹੜਾ ਦਿੱਤਾ, ਉਹਦੇ 'ਚ ਇਕੱਲੀ ਇਕੱਲੀ ਗੱਲ, ਕਈ ਗੱਲਾਂ ਤਾਂ ਰਿਪੀਟ ਕਰ ਕਰਕੇ ਸਮਝਾਈਆਂ, ਪਬਲਿਕ ਲੈਂਗੁਏਜ ਦੇ ਵਿੱਚ ਬੋਲੇ। ਸਭ ਤੋਂ ਵੱਡੀ ਗੱਲ ਹੈ ਕਿ ਲੋਕਾਂ ਨੂੰ ਸਮਝ ਆਉਣ ਵਾਲਾ ਬਜਟ ਸੀ, ਨਹੀਂ ਤਾਂ ਇਦੋਂ ਪਹਿਲਾਂ ਆਪਾਂ ਜ਼ਿਕਰ ਕਰਦੇ ਸੀਗੇ ਕਿ ਫਲਸਤੀਨ ਦੀਆਂ ਗੱਲਾਂ ਹੁੰਦੀਆਂ ਸੀ ਬਜਟ 'ਚ, ਇਜ਼ਰਾਈਲ ਦੀਆਂ ਗੱਲਾਂ ਹੁੰਦੀਆਂ ਸੀ, ਗਾਜ਼ਾ ਪੱਟੀ ਦੀਆਂ, ਫਰਾਂਸ ਦੀ ਕ੍ਰਾਂਤੀ ਦੀਆਂ, ਅਲਾਮਾ ਇਕਬਾਲ ਦੀਆਂ, ਮਿਰਜ਼ਾ ਗਾਲਿਬ ਦੀਆਂ, ਸਾਨੂੰ ਤਾਂ ਸਮਝ ਹੀ ਨਹੀਂ ਆਉਂਦੀਆਂ ਸੀ, ਸਮਝ ਹੀ ਨਹੀਂ ਆਉਂਦੀਆਂ ਸੀ ਜੀ। ਟ੍ਰੇਨਿੰਗ ਮੇਰੀ ਨਹੀਂ ਸੀ ਜੀ, ਟ੍ਰੇਨਿੰਗ ਨੀਲੇ ਵਾਲੇ ਪਾਸੋਂ ਹੋਈ, ਫਿਰ ਪੀਲੇ
ਪਾਸੇ ਆਏ ਫਿਰ ਚਿੱਟੇ ਰਹੇ, ਅੱਜ ਕੱਲ੍ਹ ਭਗਵੇਂ ਨੇ। ਪਾਰਟੀਆਂ ਕਈ ਬਦਲੀਆਂ, ਸ਼ੇਰ ਉਹੀ ਨੇ। ਸੋ ਇਸ ਤੋਂ ਪਹਿਲਾਂ ਵਾਲੇ ਬਜਟ 9 ਬਜਟ ਪੇਸ਼ ਕਰ ਗਿਆ ਜੀ ਇੱਕ ਬੰਦਾ। ਕਾਂਗਰਸ ਵਾਲੇ ਬਜਟ 'ਤੇ ਬੋਲਦੇ ਮੈਨੂੰ ਤਰਸ ਆਈ ਜਾਂਦਾ ਇਹਨਾਂ 'ਤੇ। ਤੁਸੀਂ ਤਾਂ ਬਜਟ ਪੇਸ਼ ਕੀਤਾ ਹੀ ਨਹੀਂ 5 ਸਾਲ, ਤੁਸੀਂ ਤਾਂ ਡੈਪੂਟੇਸ਼ਨ 'ਤੇ ਲਿਆਏ ਸੀ ਇੱਕ ਵਿੱਤ ਮੰਤਰੀ, ਉਹ 5 ਬਜਟ ਪੇਸ਼ ਕਰਕੇ ਹੋ ਗਿਆ। ਪੰਗਾ ਤੁਹਾਨੂੰ ਪਾ ਕੇ ਦੇਈ ਜਾਓ ਜਵਾਬ। ਹੁਣ ਬਥੇਰਾ ਰਾਜ ਆਪਣੇ ਪਿੱਟਿਆ, ਨਾ ਦਿਓ ਇਹਨਾਂ ਨੂੰ, ਮੰਨੇ ਹੀ ਨਹੀਂ ਕਿਸੇ ਦੀ। ਬਥੇਰਾ ਕਿਹਾ ਸੁਖਵਿੰਦਰ ਨੇ ਵੀ ਹੋਰਨੇ ਅਸੀਂ ਟਕਸਾਲੀਆਂ, ਉਹ ਟਕਸਾਲੀਆਂ, ਮੰਨੇ ਹੀ ਨਹੀਂ। ਸੋ ਹੁਣ ਤੁਹਾਡੇ ਤਾਂ ਗਲ ਪੈ ਗਿਆ ਜੀ ਤੁਹਾਡੇ ਤਾਂ, ਤੁਸੀਂ ਤਾਂ ਹੁਣ ਮਤਲਬ ਛੱਡ ਤੇ ਇਸ ਗੱਲ 'ਤੇ ਭਾਈ, ਲਾਂਬੇ ਲਈ ਜਾਓ, ਕੀ ਕਰੀਏ। ਸੋ ਮੈਂ ਅੱਜ ਮੈਂ ਸੁਣਦਾ ਸੀ, ਮੈਂ ਪੁਰਾਣਾ ਪਾ ਲਿਆ, ਮੈਂ ਕਿਹਾ ਵੀ ਕੋਈ ਬਜਟ ਦੇ ਵਿੱਚ ਉਹਨਾਂ ਦੇ ਬਜਟ ਦੀ ਸਪੀਚ ਵੀ ਸੁਣੀ ਮੈਂ, ਉਹ ਸ਼ੁਰੂ ਹੀ ਲਹੂ ਤੋਂ ਕਰਦੇ ਆ, ਪੰਜਾਬ ਦੀ ਧਰਤੀ ਲਹੂ ਚਾਹੁੰਦੀ ਆ। ਲਹੂ ਕਿੱਥੇ ਚਾਹੁੰਦੀ ਹੈ ਜੀ, ਇਹ ਲਹੂ ਨਾਲ ਲਿਖਣ ਵਾਲੇ ਲਫ਼ਜ਼ ਆ, ਕਿੱਥੋਂ ਲਹੂ ਨਾਲ ਲਿਖੀਏ। ਬਥੇਰਾ ਲਹੂ ਬਹਿ ਲਿਆ ਪੰਜਾਬ ਜੀ, ਕੋਈ ਬਜਟ ਦੀ ਗੱਲ ਕਰੋ। ਇਦੂ ਪਹਿਲਾਂ ਵਾਲਾ ਬਜਟ ਇਹ ਬੜਾ ਸੌਖਾ ਬਜਟ ਹੈ ਜੀ, ਸਿੱਧਾ ਜਿਹਾ ਬਜਟ ਹੈ ਜੀ, 26% ਵਾਧਾ ਜੀ ਬਜਟ 'ਚ, ਲਗਭਗ 2 ਲੱਖ ਕਰੋੜ ਦੇ ਨੇੜੇ ਲੈ ਗਏ। 20% ਵਾਧਾ ਖੇਤੀ ਦੇ ਬਜਟ 'ਚ ਹੈ ਜੀ, 12% ਵਾਧਾ ਸਿੱਖਿਆ ਦੇ ਬਜਟ 'ਚ ਹੈ ਜੀ, 42% ਵਾਧਾ ਟਰਾਂਸਪੋਰਟ ਦੇ ਬਜਟ 'ਚ ਹੈ ਜੀ, 36% ਵਾਧਾ ਰੋਜ਼ਗਾਰ ਅਤੇ ਸਕਿੱਲ ਡਿਵੈਲਪਮੈਂਟ 'ਚ ਹੈ ਜੀ, 11% ਵਾਧਾ ਸਿਹਤ ਅਤੇ ਪਰਿਵਾਰ ਭਲਾਈ ਆ। ਮੇਨ ਦੱਸ ਰਿਹਾ, ਬਾਕੀ ਸਾਰਾ ਚੀਮਾ ਸਾਹਿਬ ਨੇ ਦੱਸਤਾ। ਲੋਕਾਂ ਨੇ ਆਹ ਜਿਹੜਾ ਫਿਜ਼ੀਕਲ ਡੈਫੀਸਿਟ, ਆਹ ਜਿਹੜਾ ਪਰ ਕੈਪੀਟਾ, ਇਹ ਲੋਕਾਂ ਨਾਲ ਤੁਸੀਂ ਗੱਲ ਕਰਕੇ ਦੇਖਿਓ। ਅੱਧਾ ਘੰਟਾ ਬੋਲੀ ਜਾਇਓ, ਅੱਧੇ ਘੰਟੇ ਬਾਅਦ ਲੋਕ ਕਹਿਣਗੇ ਆਹ ਜੋ ਬੋਲਿਆ ਠੀਕ ਹੈ, ਮੈਨੂੰ ਇਹ ਦੱਸ ਮੈਨੂੰ ਦਿਹਾੜੀ ਮਿਲ ਜੂ ਕੱਲ੍ਹ ਨੂੰ, ਕੋਈ ਚੀਜ਼ਾਂ ਮਹਿੰਗੀਆਂ ਤਾਂ ਨਹੀਂ ਹੋਣਗੀਆਂ। ਬਿਲਕੁਲ ਠੀਕ। ਲੋਕਾਂ ਦੀ ਭਾਸ਼ਾ 'ਚ ਕਿਉਂ ਨਹੀਂ ਬੋਲਦੇ ਜੀ, ਜੋ ਲੋਕਾਂ ਨੂੰ ਸਮਝ ਆਵੇ। ਇਹ ਬਜਟ ਲੋਕਾਂ ਦਾ, ਇਹ ਬਜਟ ਆਮ ਲੋਕਾਂ ਦਾ, ਆਹ ਫਰਕ ਹੈ ਬਸ। ਆਮ ਲੋਕਾਂ ਦਾ ਬਜਟ ਹੈ, ਔਰ ਬੀਜੇਪੀ ਵਾਲੇ ਚਲੇ ਗਏ ਅਸ਼ਵਨੀ ਜੀ, ਉਹ ਕਹਿੰਦੇ ਸੀ ਨਾਲੇ ਤਾਂ ਸੈਂਟਰ ਨੂੰ ਨਿੰਦਦੇ ਹੋ ਅਤੇ ਨਾਲੇ ਸੈਂਟਰ ਤੋਂ ਮੰਗਦੇ ਹਾਂ। ਸਪੀਕਰ ਸਾਹਿਬ, ਭੀਖ ਮੰਗਦੇ ਹਾਂ, ਹੱਕ ਮੰਗਦੇ ਹਾਂ, ਸੈਂਟਰ ਦਾ ਫਰਜ਼ ਹੈ ਬਿਨਾਂ ਮੰਗੇ ਦੇ ਦੇ। GST ਅਸੀਂ ਇਕੱਠੀ ਕਰਕੇ ਦਿੰਦੇ ਹਾਂ, ਉਹ 'ਚ ਸਾਰਾ ਅਮਲਾ ਸਾਡਾ ਹੈ, ਸਾਡੇ GST ਦੇ ਅਫਸਰ ਜਿਹੜੇ, ਸਾਡੇ GST ਦੇ ਮੁਲਾਜ਼ਮ ਜਿਹੜੇ ਨੇ, ਉਹ ਪੈਸੇ ਇਕੱਠੇ ਕਰਕੇ ਦਿੰਦੇ ਸੈਂਟਰ ਨੂੰ, ਬਾਅਦ 'ਚ ਅਸੀਂ ਕਹਿੰਦੇ ਸਾਡਾ ਹਿੱਸਾ ਦੇ ਦਿਓ ਕਿਰਪਾ ਕਰਕੇ। ਇਹ ਕਿਹੜਾ ਕਾਨੂੰਨ ਹੈ ਜੀ? ਹਜੇ ਤੱਕ GST ਸਮਝ ਨਹੀਂ ਆਈ ਵਪਾਰੀਆਂ ਨੂੰ, ਵਪਾਰੀਆਂ ਨੂੰ GST ਸਮਝ ਨਹੀਂ ਆਈ ਜੀ ਕੀ ਹੁੰਦੀ ਹੈ, ਕਿ ਕਾਹਤੇ ਲੱਗਦੀ ਹੈ ਇਹ ਤਾਂ GST ਉਹ ਗੱਲ ਹੈ ਕਿ ਇੱਕ ਟੀਚਰ ਨੇ ਪੁੱਛਿਆ ਕਿ ਬੱਚੇ ਨੂੰ, ਕਹਿੰਦਾ ਨਿੰਮ ਦੇ ਦਰਖਤ ਨੂੰ ਜਿਹੜੇ 2 ਕੇਲੇ ਲੱਗੇ, ਜਦੋਂ ਨਿੰਬੂ ਪੱਕੇ ਤਾਂ ਜਿਹੜਾ ਖਰਬੂਜ਼ਾ ਡਿੱਗਿਆ ਤਾਂ ਥੱਲੇ ਬੇਰ ਕਿੰਨੇ ਸੀ? ਇਹ GST ਹੈ, ਇਹ GST ਹੈ, ਹੈਗਾ ਨਿੰਮ ਹੈ, ਲੱਗੇ ਕੇਲੇ ਨੇ, ਡਿੱਗੇ ਖਰਬੂਜੇ ਨੇ। ਸਮਝੀ ਨਹੀਂ ਆ ਰਹੀ ਜੀ ਕਿਸੇ ਨੂੰ? ਅੱਧੀ ਰਾਤ ਨੂੰ GST ਪੇਸ਼ ਕਰਤਾ, ਨੋਟਬੰਦੀ ਕਰਤੀ, ਇਹ BJP ਵਾਲੇ ਸਾਨੂੰ ਸਮਝਾਉਂਦੇ ਆ। ਅਸੀਂ ਬਿਜਲੀ ਦਾ ਬਿੱਲ, ਅਰਵਿੰਦ ਕੇਜਰੀਵਾਲ ਨੇ ਬਿਜਲੀ ਦਾ ਬਿੱਲ ਦਿੱਲੀ 'ਚ ਫ੍ਰੀ ਕਰਤਾ, ਇਲਾਜ ਬਿਲਕੁਲ ਮੁਫਤ ਕਰਤਾ, ਪੜ੍ਹਾਈ ਬਿਲਕੁਲ ਮੁਫਤ ਹੈ ਅਤੇ ਕੁਆਲਿਟੀ ਦੀ ਹੈ। ਅਤੇ ਕੀ ਕਹਿੰਦੇ ਹੁੰਦੇ ਨੇ ਅੱਜ ਕੱਲ੍ਹ ਵੱਡੇ ਸਾਹਿਬ, ਫ੍ਰੀ ਕੀ ਰੇਵੜੀ ਬਾਂਟਣੇ ਵਾਲੇ ਹੈਂ,
ਫਰੀ ਕੀ ਰੇਵੜੀ ਬਾਂਟਦੇ ਹੈ, ਉਹ ਲੋਕਾਂ ਦੀ ਟੈਕਸ ਦੇ ਪੈਸੇ ਨਾਲ ਉਹਨਾਂ ਨੂੰ ਬਿਜਲੀ ਫਰੀ ਦੇਣੀ, ਉਹਨਾਂ ਨੂੰ ਸਿੱਖਿਆ ਫਰੀ ਦੇਣੀ, ਉਹਨਾਂ ਦਾ ਇਲਾਜ ਫਰੀ ਕਰਾਉਣਾ, ਜਿਹੜੇ 300 ਕਰੋੜ 'ਚ ਬਣਦੇ ਸੀ ਓਵਰਬ੍ਰਿਜ, ਉਹ 150 ਕਰੋੜ 'ਚ ਬਣਾਉਣੇ, ਇਹ ਫਰੀ ਦੀ ਰਿਓੜੀ ਹੈ? ਅਤੇ ਜੇ ਇਹ ਫਰੀ ਦੀ ਰਿਓੜੀ ਹੈ ਸਪੀਕਰ ਸਾਹਿਬ, ਫਿਰ ਮੈਂ ਉਹ ਵੱਡੇ ਸਾਹਿਬ ਨੂੰ ਪੁੱਛਣਾ ਚਾਹੁੰਦਾ, ਫਿਰ 15 ਲੱਖ ਵਾਲਾ ਪਾਪੜ ਕਿਹਨੇ ਵੇਚਿਆ ਸੀ ਕਿ ਤੁਹਾਡੇ ਹਰੇਕ ਦੇ ਖਾਤੇ 'ਚ 15 ਲੱਖ ਆਜੂਗਾ, 2 ਕਰੋੜ ਨੌਕਰੀਆਂ ਪੈਦਾ ਕਰਿਆ ਕਰਾਂਗੇ ਸਾਰੇ 'ਚ? ਮੈਨੂੰ ਕਿਸੇ ਨੇ ਭੇਜਿਆ ਵਟਸਐਪ 'ਤੇ, ਉਹ ਕਹਿੰਦੇ ਵੀ ਵੱਡੇ ਸਾਹਿਬ ਕਹਿੰਦੇ ਨੇ ਕਿ ਮੈਂ ਜਦੋਂ ਛੋਟਾ ਹੁੰਦਾ ਸੀ ਮੈਂ ਰੇਲ ਦੇ ਡੱਬੇ 'ਚ ਚਾਹ ਵੇਚਦਾ ਹੁੰਦਾ ਸੀ, ਅਤੇ ਜਦੋਂ ਮੈਂ ਵੱਡਾ ਹੋਇਆ ਮੈਂ ਰੇਲ ਦਾ ਡੱਬਾ ਹੀ ਵੇਚਦਾ। ਰੇਲ ਵੇਚਤੀ, ਤੇਲ ਵੇਚਤਾ, ਏਅਰਪੋਰਟ ਵੇਚਤੇ, ਬੈਂਕਾਂ ਵੇਚਤੀਆਂ, LIC ਵੇਚਤੀ, ਸਾਰਾ ਕੁਝ ਵੇਚਤਾ। ਖਰੀਦਿਆ ਕੀ ਹੈ? ਥੋੜ੍ਹਾ ਜਿਹਾ ਮੀਡੀਆ, ਉਹ ਖਰੀਦਿਆ। ਉਹ ਲੱਗ ਜਾਂਦੇ ਸ਼ਾਮ ਨੂੰ 6 ਵਜੇ, ਬਸ ਨਤੀਜੇ ਤ੍ਰਿਪੁਰਾ ਦੇ ਦਿਖਾਉਣਗੇ, ਨਤੀਜੇ ਨਾਗਾਲੈਂਡ ਦੇ ਦਿਖਾਉਣਗੇ, ਜਿਹੜੇ 2022 ਇਲੈਕਸ਼ਨ 'ਚ ਹਾਰੇ ਨੇ ਉਹ ਕਦੇ ਨਹੀਂ ਦਿਖਾਉਂਦੇ। ਸੋ ਇੱਕ ਇਹ 1 ਵੇ ਚੱਲ ਰਿਹਾ ਜੀ, 1 ਵੇ। ਸੋ BJP ਵਾਲੇ ਕਿਰਪਾ ਕਰਕੇ ਨਾ ਹੀ ਬੋਲਣ ਇਸ ਬਜਟ ਬਾਰੇ, ਤਾਂ ਸਰ ਜਾਂਦਾ, ਵੈਸੇ ਉਹ ਬੋਲ ਕੇ ਚਲੇ ਗਏ। ਇੱਕ ਇੱਥੇ ਗੱਲ ਚੱਲੀ ਹੈ, ਡਾਕਟਰ ਸਾਹਿਬ ਕਹਿ ਰਹੇ ਸੀਗੇ ਕਿ 40% ਆਬਾਦੀ ਦੇ ਬਾਵਜੂਦ ਵੀ ਬਜਟ ਜਿਹੜਾ ਹੈ SC ਲਈ ਜਾਂ ਦਲਿਤਾਂ ਲਈ ਘੱਟ ਰੱਖਿਆ ਗਿਆ। ਡਾਕਟਰ ਸਾਹਿਬ, ਮੈਂ ਇਹ ਗੱਲ ਵਾਜੇ ਕਰ ਦੇਣੀ ਚਾਹੁੰਦਾ, ਮੈਂ ਇਹ ਗੱਲ ਬਿਲਕੁਲ ਸਪਸ਼ਟ ਕਰ ਦੇਣੀ ਚਾਹੁੰਦਾ। ਇਸ ਵਕਤ 3 ਕਰੋੜ ਪੰਜਾਬ ਦੇ ਲੋਕ, ਬਾਕੀ ਦੁਨੀਆ 'ਚ ਜਿੱਥੇ ਲਾਈਵ ਟੈਲੀਕਾਸਟ ਜਾ ਰਿਹਾ, ਦੇਖ ਰਹੇ ਹੋਣਗੇ, ਇਕੱਲਾ ਤੁਸੀਂ ਉਹ ਨਾ ਦੇਖੋ ਕਿ 13,000 ਜਾਂ 14,000 ਕਰੋੜ ਹੈ। ਉਹ ਤਾਂ ਲਿਖ ਕੇ ਦਿੱਤਾ ਸੀ ਕਿ ਉਹ ਤਾਂ ਹੈਗਾ ਹੀ ਹੈ, ਉਹਨਾਂ ਦਾ ਹੱਕ ਹੀ ਹੈ। ਜਿਹੜੇ ਅਸੀਂ ਸਕੂਲ ਬਣਾਵਾਂਗੇ, ਉਹਨਾਂ ਸਕੂਲਾਂ 'ਚ ਕਿਹਦੇ ਬੱਚੇ ਪੜ੍ਹਦੇ ਨੇ ਜੀ? 80% ਗਰੀਬਾਂ ਦੇ ਬੱਚੇ ਪੜ੍ਹਦੇ ਨੇ। ਜਦੋਂ ਗਰੀਬ ਦਾ ਬੱਚਾ, ਜਦੋਂ ਦਿਹਾੜੀਦਾਰ ਦਾ ਬੱਚਾ, ਜਦੋਂ ਰੇਹੜੀ ਵਾਲੇ ਦਾ ਬੱਚਾ, ਜਦੋਂ ਝੁੱਬੀ ਝੋਕੜੀ ਵਾਲੇ ਦਾ ਬੱਚਾ ਜਦੋਂ ਪੜ੍ਹ ਕੇ ਜੱਜ ਲੱਗੂਗਾ, ਜਦੋਂ ਪੜ੍ਹ ਕੇ ਵਕੀਲ ਬਣੂਗਾ, ਜਦੋਂ ਪੜ੍ਹ ਕੇ ਡਾਕਟਰ ਬਣੂਗਾ, ਇਹ ਸਮਝ ਲਓ ਪੈਸਾ ਉਹਨਾਂ ਗਰੀਬਾਂ ਵਾਸਤੇ ਰੱਖਿਆ ਹੋਇਆ ਸੀ। ਹਸਪਤਾਲ ਜਿਹੜੇ ਬਣਾ ਰਹੇ ਹਾਂ, ਮੁਹੱਲਾ ਕਲੀਨਿਕ ਜਿਹੜੇ ਬਣਾ ਰਹੇ, ਉੱਥੇ ਕੌਣ ਜਾਂਦਾ ਜੀ? ਅਸੀਂ ਖੋਲ੍ਹੇ ਹੀ ਉੱਥੇ ਨੇ ਜਿੱਥੇ ਗਰੀਬਾਂ ਦੀ ਬਸਤੀਆਂ ਨੇ। 5-star ਵਾਲੇ ਨਹੀਂ ਜਾਂਦੇ ਮੁਹੱਲਾ ਕਲੀਨਿਕ, ਉਹ ਹਾਈਪਰਟੈਂਸ਼ਨ ਦੀਆਂ ਜਿਹੜੀਆਂ ਗੋਲੀਆਂ ਨੇ ਉਹ ਤਾਂ ਉਹਨਾਂ ਦੇ ਘਰ ਹੀ ਪਈਆਂ ਹੁੰਦੀਆਂ ਇੰਨੀਆਂ ਕਿਤਾਬਾਂ।